ਪੂਰੀ ਕੌਮ ਨੂੰ ਪਾਇਆ ਜਨਾਬ ਬੁਝਾਰਤਾਂ ਵਿੱਚ, ਪਾਇਆ ਬੁਝਾਰਤਾਂ 'ਚ। ਇੱਕ ਦਿਨ ਹੋਰ ਜੱਜਾਂ ਦਾ ਬਿਆਨ ਆਉਂਦਾ, ਦੂਸਰੇ ਦਿਨ ਮੈਂ ਕਹਾਂ ਜਿਹਨਾਂ ਫੈਸਲੇ ਕਰਨੇ ਆਉਂਦੇ ਹਨ, ਕਿਉਂ ਜੀ ਜਿਹਨਾਂ ਫੈਸਲੇ ਕਰਨੇ ਹਜ਼ਰਤ ਇਮਾਮ ਸ਼ਾਮਿਲ ਐ ਚੇਚਨੀਆਂ ਦੇ ਮੁਸਲਮਾਨ ਅੱਜ ਵੀ ਜਿਹੜੇ ਗੈਰਤਮੰਦ ਹਨ ਨਾ, ਅਤੇ ਜਿਹਨਾਂ ਨੇ ਕਿਹਾ, ਉਹਦੇ ਸਦਰ ਦਾ ਬਿਆਨ ਆਇਆ, ਉਹਨੇ ਕਿਹਾ ਸਾਡੇ ਮੁਲਕ 'ਚ ਕੋਈ ਵਹਾਬੀ ਜਾਂ ਵਹਾਬੀ ਜੈਸਾ ਬੰਦਾ ਦਾਖਲ ਨਹੀਂ ਹੋ ਸਕਦਾ। ਤਵੱਜੋ ਤਵੱਜੋ, ਇਹ ਚੇਚਨੀਆਂ ਦੇ ਸਦਰ ਦਾ ਬਿਆਨ ਹੈ। ਹਾਂਜੀ, ਉਹ ਜੈਸੇ ਤਾਂ ਜਾਣਦੇ ਉਹਨੇ ਜਿਹੜੇ ਜਾ, ਉਹਨਾਂ ਕਿਹਾ ਇਹਨਾਂ ਹੀ ਤਾਂ ਇਸਲਾਮ ਨੂੰ ਬਰਬਾਦ ਕੀਤਾ ਚੇਚਨੀਆਂ ਵਿੱਚ। ਅੱਜ ਵੀ ਉਹ ਦਮ ਖਮ ਕਿਹਦੀ ਵਜ੍ਹਾ ਤੋਂ? ਇਮਾਮ ਸ਼ਾਮਿਲ ਦੀ ਵਜ੍ਹਾ ਤੋਂ। ਇਮਾਮ ਸ਼ਾਮਿਲ ਨਿਜ਼ਾਮੇ ਮੁਸਤਫਾ ਨਾਫਿਜ਼ ਕੀਤਾ, ਰਾਤੀ ਘਰ ਪਹੁੰਚੇ ਤੇ ਆਪ ਦੀ ਵਾਲਦਾ ਬਿਲਕੁਲ ਜ਼ਈਫ ਬੁੱਢੀ, ਇਮਾਮ ਸ਼ਾਮਿਲ ਨੂੰ ਕਹਿਣ ਲੱਗੀਆਂ ਕਿ ਫਲਾਣੇ ਫਲਾਣੇ ਬੰਦੇ ਤੁਸੀਂ ਪਕੜੇ? ਆਪਨੇ ਫਰਮਾਇਆ ਹਾਂ। ਉਹਨੇ ਕਿਹਾ ਮੈਂ ਸਿਫਾਰਿਸ਼ ਕਰਦੀ ਹਾਂ ਉਹਨਾਂ ਨੂੰ ਆਜ਼ਾਦ ਕਰ ਦਿਓ। ਇਹ ਫੈਸਲੇ ਹੋਤੇ ਹੈ। ਸਵੇਰ ਹੋਈ ਤੇ ਇਮਾਮ ਸ਼ਾਮਿਲ ਨੇ ਸਾਰੇ ਮੁਫਤੀ ਬੁਲਾ ਲਏ, ਕਾਜ਼ੀ ਬੁਲਾ ਲਏ, ਉਲਮਾ ਬੁਲਾ ਲਏ। ਉਹਨਾਂ ਕਿਹਾ ਮੇਰਾ ਇੱਕ ਮਸਲਾ ਦਰਪੇਸ਼ ਹੈ, ਦੱਸੋ ਮੈਨੂੰ ਇਹਦਾ ਹੱਲ ਕਿਵੇਂ। ਉਹਨਾਂ ਕਿਹਾ ਜੀ ਦੱਸੋ। ਉਹਨਾਂ ਕਿਹਾ ਕੋਈ ਬੰਦਾ ਗਲਤ ਬੰਦੇ ਦੀ ਸਿਫਾਰਿਸ਼ ਕਰੇ ਤੇ ਉਹਦੀ ਸਜ਼ਾ ਕਿਵੇਂ? ਤੇਰੀ ਨਿਗਾਹੇ ਨਾਸੇ ਦੋਨੋ ਮੁਰਾਦ, ਤੇਰੀ ਨਿਗਾਹੇ ਨਾਸੇ ਦੋਨੋ ਮੁਰਾਦ। ਕਿਉਂ ਜੀ? ਉਹਨਾਂ ਕਿਹਾ ਜੀ ਇਤਨੇ ਕੋੜੇ ਮਾਰੋ ਉਸ ਬੰਦੇ ਨੂੰ। ਆਪਨੇ ਫਿਰ ਪੁੱਛਿਆ, ਫਰਮਾਇਆ ਮੇਰਾ ਦੂਸਰਾ ਮਸਲਾ ਇਵੇ, ਅਗਰ ਉਹ ਬੰਦਾ ਕੋੜੇ ਖਾਣ ਦੇ ਕਾਬਿਲ ਨਾ ਹੋਵੇ ਤੇ ਫਿਰ? ਆਪਨੇ ਫਰਮਾਇਆ ਫਿਰ ਉਹਦਾ ਕਰੀਬ ਤਰੀਨ ਬੰਦਾ ਉਹਨੂੰ ਕੋੜੇ ਮਾਰੋ। ਇਮਾਮ ਸ਼ਾਮਿਲ ਫਰਮਾਇਆ ਜੱਲਾਦਾਂ ਨੂੰ ਬੁਲਾਓ, ਮੇਰੀ ਮਾਂ ਨੇ ਗਲਤ ਬੰਦਿਆਂ ਦੀ ਸਿਫਾਰਿਸ਼ ਕੀਤੀ, ਉਹ ਚੂੰਕਿ ਬੁੱਢੀ ਹੈ ਕੋੜੇ ਖਾਣ ਦੇ ਕਾਬਿਲ ਨਹੀਂ, ਇਹ ਮੇਰੀ ਪੁਸ਼ਤ ਹਾਜ਼ਰ ਕੋੜੇ ਮਾਰੇ। ਤੇਰੀ ਨਿਗਾਹੇ ਨਾਸੇ ਦੋਨੋ ਮੁਰਾਦ ਪਾ। ਉਹ ਬਦਕਾਰ ਦੁਨੀਆਂ ਦੇ ਇਸਲਾਮ ਦੇ ਖਿਲਾਫ ਗੱਲਾਂ ਕਰਨ ਵਾਲੇ ਹੋਵੇ, ਪੀਰ ਪੂਰੇ ਚੇਚਨੀਆਂ ਦਾ ਪੀਰ ਹੋਵੇ ਤੇ ਨਕਸ਼ਬੰਦੀ ਸਿਲਸਿਲਾ ਦਾ ਪੇਸ਼ਵਾ ਤੇ ਇਮਾਮ ਹੋਵੇ, ਕਿਉਂ ਜੀ? ਤੇ ਜਦੋਂ ਸ਼ਰੀਅਤ ਦੀ ਗੱਲ ਆਈ ਤੇ ਫਿਰ ਕੋੜੇ ਖਾਧੇ, ਲੋਕ ਚੀਖ ਉੱਠੇ, ਹਜ਼ੂਰ ਇਹ ਕਿੰਜੇ? ਪਰ ਮੈਂ ਰਸੂਲ ਅੱਲਾ ਦੇ ਦੀਨ ਦਾ ਹੁਕਮ ਇਹ ਕਿੰਜ ਕੇ ਮਤਲਬ ਹੈ? ਜਦ ਉਮਰ ਅਦਾਲਤ ਵਿੱਚ ਪੇਸ਼ ਹੋ ਸਕਦੇ ਨੇ ਤੇ ਸ਼ਾਮਿਲ ਕਿਉਂ ਨਹੀਂ ਪੇਸ਼ ਹੋ ਸਕਦਾ? ਐ ਰਸੂਲ ਅੱਲਾ ਦਾ ਦੀਨ ਹੈ, ਜਦ ਉਹ ਪਾਨਾਮਾ ਲਿਖ ਸਾਲਿਆਂ ਨੇ ਕਿੰਨੇ ਇਨਸਾਫ਼ ਮਿਲਣਾ ਇੱਥੇ ਕਿਸੇ ਨੂੰ? ਉਹ ਖੁਦ ਹੀ ਲੁੱਟਣ ਵਾਲੇ ਤੇ ਖੁਦ ਹੀ ਲੁੱਟਵਾਉਣ ਵਾਲੇ ਤੇ ਖੁਦ ਹੀ ਖਾਣ ਵਾਲੇ ਤੇ ਖੁਦ ਹੀ ਖਵਾਉਣ ਵਾਲੇ, ਉਹ ਇਮਾਮ ਸ਼ਾਮਿਲ ਕਿੱਥੋਂ ਆਇਆ? ਜਿਹੜਾ ਖੁਦ ਪੇਸ਼ ਹੋ ਜਾਏ ਕੋੜੇ ਮਾਰੋ ਜੀ, ਤੁਸੀਂ ਸੋਚ ਸਕਦੇ ਹੋ? ਲੱਖਾਂ ਕਰੋੜਾਂ ਮੁਰੀਦ ਖੜੇ ਹੋਵਣ ਤਾਂ ਇਮਾਮ ਕੋੜੇ ਖਾ ਰਹੇ ਹੋਵੇ। ਤੇਰੀ ਨਿਗਾਹੇ ਨਾਸੇ ਦੋਨੋ ਮੁਰਾਦ ਪਾ ਗਏ।